ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਆਲੂ ਦੀਆਂ ਕਚੋਰੀਆਂ ਬਣਾ ਕੇ ਤਿਆਰ ਕਰਾਂਗੇ ਤੇ ਆਲੂ ਦੀਆਂ ਕਚੋਰੀਆਂ ਬਣਾਉਣ ਲਈ ਜੋ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲਾਂਗੇ। ਕਚੋਰੀਆਂ ਬਣਾਉਣ ਲਈ ਆਪਾਂ ਆਲੂ ਜਿਹੜੇ ਆ ਚਾਰ ਆਲੂ ਲਏ ਆ, ਇਹਨਾਂ ਨੂੰ ਆਪਾਂ ਉਬਾਲ ਲਿਆ ਆ ਤੇ ਹੁਣ ਇਹਨਾਂ ਨੂੰ ਛਿੱਲ ਕੇ ਆਪਾਂ ਕੁੰਡੇ ਚ ਪਾ ਕੇ ਕੁੱਟ ਲੈਣਾ ਆ। ਆਟਾ ਜਿਹੜਾ ਆਪਾਂ ਗੁੰਨ ਕੇ ਤਿਆਰ ਕੀਤਾ ਤੇ ਆਟਾ ਜਿਹੜਾ ਆ 15-20 ਮਿੰਟ ਪਹਿਲਾਂ ਗੁੰਨ ਕੇ ਰੱਖਿਆ ਹੋਇਆ ਸੀ ਤੇ ਇੱਕ ਪਿਆਜ਼ ਲੈ ਕੇ ਬਰੀਕ ਕੱਟ ਲਿਆ ਆ, ਦੋ ਹਰੀਆਂ ਮਿਰਚਾਂ ਲਈਆਂ ਆ, ਇੱਕ ਛੋਟਾ ਚਮਚਾ ਅਜਵਾਇਣ ਆ, ਡੇਢ ਕੁ ਚਮਚਾ ਜਿਹੜਾ ਸੁੱਕੀ ਹੋਈ ਮੇਥੀ ਆ, ਇੱਕ ਚਮਚਾ ਆਪਾਂ ਜਿਹੜਾ ਆ ਗਰਮ ਮਸਾਲਾ ਪਾਵਾਂਗੇ ਤੇ ਅੱਧਾ ਛੋਟਾ ਚਮਚਾ ਲਾਲ ਮਿਰਚ ਪਾਵਾਂਗੇ। ਲੂਣ ਜਿਹੜਾ ਸਵਾਦ ਦੇ ਹਿਸਾਬ ਨਾਲ ਪਾਵਾਂਗੇ। ਹੁਣ ਆਪਾਂ ਆਲੂ ਜਿਹੜੇ ਇਹਦੇ 'ਚ ਕੁੱਟ ਕੇ ਤਿਆਰ ਕਰ ਲੈਣੇ। ਆਲੂ ਆਪਾਂ ਛਿੱਲ ਕੇ ਤਿਆਰ ਕਰ ਲਏ, ਪਹਿਲਾਂ ਆਪਾਂ ਜਿਹੜੀਆਂ ਮਿਰਚਾਂ ਕੁੱਟ ਲੈਣੀਆਂ, ਇਹਦੇ ਵਿੱਚ ਆਪਾਂ ਇੱਕ ਚਮਚੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਜਿਹੜਾ ਲੂਣ ਪਾਇਆ ਆ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਜਿਹੜਾ ਆ ਲੂਣ ਪਾਉਣਾ ਆ। ਮਿਰਚਾਂ ਸਾਡੀਆਂ ਕੁੱਟੀਆਂ ਗਈਆਂ, ਆਲੂ ਜਿਹੜੇ ਥੋੜ੍ਹੇ ਵੱਡੇ ਸਾਈਜ਼ ਦੇ ਆ ਇਸ ਕਰਕੇ ਆਪਾਂ ਇਹਨੂੰ ਥੋੜ੍ਹਾ ਜਿਹਾ ਕੱਟ ਕੇ ਪਾਵਾਂਗੇ। ਆਲੂ ਜਿਹੜੇ ਆ ਸਾਡੇ ਕੁੱਟ ਕੇ ਤਿਆਰ ਆ। ਇਹਦੇ ਚ ਹੁਣ ਜਿਹੜੇ ਆਪਾਂ ਮਸਾਲੇ ਆ ਉਹ ਬਣਾ ਲੈਣੇ ਆ। ਅੱਧਾ ਕੁ ਚਮਚਾ ਜਿਹੜੀ ਆ ਲਾਲ ਮਿਰਚ ਪਾਣੀ ਆ, ਬਾਕੀ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਸਕਦੇ ਹੋ। ਗਰਮ ਮਸਾਲਾ ਪਾ ਦਾਂਗੇ, ਅਜਵਾਇਣ ਤੇ ਸੁੱਕੀ ਹੋਈ ਮੇਥੀ। ਪਿਆਜ਼ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ। ਮਿਲਾ ਕੇ ਇੱਕ ਵਾਰੀ ਜਿਹੜੀ ਆ ਲੂਣ ਮਿਰਚ ਤੁਸੀਂ ਚੈੱਕ ਕਰ ਲੈਣੀ ਹੈ, ਜੇ ਘੱਟ ਲੱਗੇ ਤਾਂ ਫਿਰ ਤੁਸੀਂ ਹੋਰ ਵੀ ਪਾ ਸਕਦੇ ਹੋ। ਕਚੋਰੀਆਂ ਬਣਾਉਣ ਤੋਂ ਪਹਿਲਾਂ ਜਿਹੜਾ ਸਾਡਾ ਤੇਲ ਆ ਇਹਨੂੰ ਅਸੀਂ ਗਰਮ ਹੋਣ ਲਈ ਰੱਖ ਦੇਣਾ ਆ, ਤਾਂ ਕਿ ਜਿਹੜਾ ਤੇਲ ਆ ਇਹ ਚੰਗੇ ਤਰੀਕੇ ਦੇ ਨਾਲ ਗਰਮ ਹੋ ਜਾਊਗਾ। ਥੋੜ੍ਹਾ ਜਿਹਾ ਜਿਹੜਾ ਆਟਾ ਆਪਾਂ ਲੈਣਾ ਆ, ਹੁਣ ਆਪਾਂ ਇਹਦੇ ਵਿੱਚ ਜਿੰਨਾ ਆਪਾਂ ਆਟਾ ਲਿਆ ਆ ਉਹਦੇ ਤੋਂ ਆਪਾਂ ਥੋੜ੍ਹੇ ਜਿਹੇ ਜਿਹੜੇ ਘੱਟ ਆ ਉਹ ਆਲੂ ਪਾਉਣੇ ਆ। ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਆ। ਇਸ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਆ ਪਹਿਲਾਂ 3-4 ਜਿਹੜੀਆਂ ਕਚੋਰੀਆਂ ਆਪਾਂ ਵੇਲ ਕਰਕੇ ਰੱਖ ਲੈਣੀਆਂ ਨੇ ਤੇ ਉਦੋਂ ਤੱਕ ਜਿਹੜਾ ਸਾਡਾ ਤੇਲ ਆ ਉਹ ਵੀ ਗਰਮ ਹੋ ਜਾਊਗਾ। ਥੋੜ੍ਹਾ ਜਿਹਾ ਪਾਣੀ ਲਾ ਕੇ ਆਲੂ ਜਿਹੜੇ ਆਪਾਂ ਭਰ ਲੈਣੇ ਆ। ਪਤਲੀਆਂ ਹੀ ਬਣਾਉਣੀਆਂ ਇਹ, ਬਹੁਤ ਜ਼ਿਆਦਾ ਮੋਟੀਆਂ ਨਹੀਂ ਬਣਾਉਣੀਆਂ।
तेल साडा गरम आपां एक एक कचौरी करके जिहड़ी आ इहदे विच पाणी तेल जिहड़ा आ चंगी तरह गर्म करना आ एक बारी चैक कर लेना आ थोड़ा जिहा जिदा आटा विच पा के कचौरियां जिहड़ियां साडियां दोनों पास चंगी तरह सिक गईआं आ जे जिदा तो हुण मैं इहदा पाणी वाला हाथ ला के बनाया सी जे तुहानूं उहदे नाल नहीं बन सकदी जिदा पाणी हाथ दे हाथ नाल कई वारी हुंदा कि नहीं बनदी फिर तुसीं की करना आ चकले दे उत्ते वी इहनूं बड़े आराम दे नाल बना सकदे हो थोड़ा जिहा आपां इहनूं बेल लांगे थोड़ा जिहा आपां इहदे ते तेल ला के ते इहनूं बेल लेना पतला पतला बस आलू जिहड़े आ उह नहीं बाहर निकलने चाहीदे इस तरीके नाल ऐदां इहनूं पतला बेल लेना ते इहदे जिहड़े किनारे आ उह वी इस तरीके दे नाल जिहड़े पतले रखणे आ अग का जिहड़ा सेक आ बिल्कुल तेज रखना है तेज अग दे उत्ते ही इहनूं बनाउणा है कचौरियां जिहड़ियां आ सारियां जिहड़ियां बन के तैयार हो गईआं ਦੋਨਾਂ ਪਾਸਿਓਂ ਸਿੱਕ ਗਈ ਆ ਇਹਨੂੰ ਆਪਾਂ ਕੱਟ ਲੈਣਾ ਆਲੂ ਦੀਆਂ ਕਚੋਰੀਆਂ ਸਾਡੀਆਂ ਬਣ ਕੇ ਤਿਆਰ ਨੇ ਬਹੁਤ ਹੀ ਵਧੀਆ ਕਚੋਰੀਆਂ ਬਣ ਕੇ ਤਿਆਰ ਹੋਈਆਂ ਆ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹੜੇ ਕਿਨਾਰੇ ਆ ਇਹਦੇ ਪਤਲੇ ਹੋਣੇ ਚਾਹੀਦੇ ਆ ਕਚੋਰੀਆਂ ਜਿਹੜੀਆਂ ਆ ਥੋੜੀਆਂ ਪਤਲੀਆਂ ਜਿਹੜੀਆਂ ਹੋਣ ਉਹੀ ਸਵਾਦ ਲੱਗਦੀਆਂ ਆ ਤੇ ਇਹਨਾਂ ਨੂੰ ਤੁਸੀਂ ਦਹੀਂ ਦੇ ਨਾਲ ਸਰਵ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਬਣਾਇਓ ਤੇ ਖਾਇਓ ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ
ਤੇ ਜੇ ਪਹਿਲੀ ਵਾਰੀ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾਇਓ। ਉਹਦੇ ਨਾਲ ਕੀ ਹੋਊਗਾ, ਜਿਹੜੀ ਵੀ ਅਸੀਂ ਕੋਈ ਨਵੀਂ ਵੀਡੀਓ ਪਾਵਾਂਗੇ ਉਹ ਤੁਹਾਡੇ ਤੱਕ ਆਰਾਮ ਨਾਲ ਪਹੁੰਚਿਆ ਕਰੂਗੀ। ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।